असलम मैं नरस वडैच हो प्रावो की हाल है ठीक ठाक है तुझी ठीक हो गए खुश रहो होावन गुआढ़ी भी ठीक होमीर आखाने नींबू के बूटे आ देखो मेरे पिछे नींबू का बूटा है फल लगा सी ये छोटे छोटे नींबू भी लगे सुनो हम पोटले नींबू नीबू इन्हों नींबू का बड़ा फायदा जे ਗਰਮੀ ਚ ਇਹਨਾਂ ਦਾ ਸਕੁੰਜੀ ਬਣਾਈਦੀ ਇਹਨਾਂ ਦਾ ਮਿੱਠਾ ਪਾਣੀ ਬਣਦਾ ਹੈ ਜਿਹਨੂੰ ਕਹਿੰਦੇ ਨੇ ਗਰਮੀ ਚ ਬੜਾ ਫਾਇਦਾ ਇਹ ਨਿੰਬੂ ਵੇਚ ਕੇ ਦਿੰਦੇ ਨੇ 500 ਰੁਪਏ ਕਿਲੋ ਪਰ ਉਹ ਬੋਟੇ ਲਾਇਆ ਕਰੋ ਇਹਨਾਂ ਦੇ ਨਿੰਬੂਆਂ ਦੇ ਬੜਾ ਫਾਇਦਾ ਨਾਲ ਦਾ ਗਰਮੀ ਚ ਬਹੁਤ ਹੀ ਫਾਇਦਾ ਦਿੰਦੇ ਨੇ ਇਹ 100 150 ਦਾ ਬੋਟਾ ਹੁੰਦਾ ਜੇ 150 ਦਾ ਕਿੱਲਾ ਇੱਕ ਲਾਇਆ ਹੋਇਆ ਹੈ ਇਹ ਨੇਰੇ ਪੈਸੇ ਮਿਲਦੇ ਨਾਲ ਦੇ ਇਹ ਨਿੰਬੂ ਤਿਆਰ ਹੋ ਨੇ 5 ਰੁਪਏ ਕਿਲੋ ਵਿਕਦੇ ਨੇ ਤੇ ਨੇਰੇ ਪੈਸੇ ਵੀ ਹੁੰਦੇ ਨੇ ਇਹਨਾਂ ਦੇ ਬੜਾ ਬੜਾ ਹੀ ਫਾਇਦਾ ਇਹਨਾਂ ਦਾ ਜਦ ਤਿਆਰ ਹੋ ਜਾਂਦੇ ਨੇ ਇਹਨਾਂ ਦੇ ਪੱਕ ਜਾਂਦੇ ਨੇ ਫਿਰ ਮੰਡੀ ਛੁੱਟੀ ਨੇ ਨੇ ਵੇਚੀ ਨੇ ਇਹਨਾਂ ਨੂੰ ਆ ਦੇਖੋ ਮੇਰੇ ਪਿੱਛੇ ਬੂਟਾ ਛੋਟਾ ਜਿਹਾ ਇਹ ਬੂਟੇ ਮੈਂ ਲਾਇਆ ਕੋ 10 ਬੂਟੇ ਨੇ ਮੇਰੇ ਕੋਲ ਮਸਾ ਠੀਕ ਹੈ ਇਹ ਵੀ ਅਗਲੇ ਸਾਲ ਅੱਲਾਹ ਕੀਤਾ ਤਾ ਤਿਆਰ ਹੋ ਜਾਣਗੇ ਕਾਫੀ ਨਿਬੂ ਲੱਗਣਗੇ ਇਹਦੇ ਇਹਨਾਂ ਨੂੰ ਗੋਡੀ ਵੀ ਹੁੰਦੀ ਹੈ ਇਹਨਾਂ ਨੂੰ ਪਾਣੀ ਵੀ ਲੱਗਦਾ ਇਹਨਾਂ ਨੂੰ ਜਿੰਨਾ ਇਹਨਾਂ ਨੂੰ ਖਿੰਮਤ ਕਹੀ ਨਾ ਉਹਨੇ ਫਲ ਜ਼ਿਆਦਾ ਲੱਗਦੇ ਇਹਨਾਂ ਦਾ ਇਹ ਚੰਨਲ ਬੁੱਟੇ ਵੀ ਹੁੰਦੇ ਨੇ ਦੇਸੀ ਵੀ ਹੁੰਦੇ ਨੇ ਚੰਨਲ ਬੁੱਟੇ ਜਿਹੜਾ ਹੁੰਦਾ ਉਹ 12 ਮਹੀਨੇ ਲੱਗਦੇ ਰਹਿੰਦੇ ਨੇ ਜਾਂ ਦੇਸੀ ਹੁੰਦਾ ਉਹ ਸਾਲ ਜੇ ਇੱਕ ਫਸਲ ਲੱਗਦਾ ਹੈ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਫੋਲੋ ਕਰਿਆ ਕਰੋ ਆਪ ਵੀ ਕਰਿਆ ਕਰੋ ਆਪਣੇ ਦੋਸਤਾਂ ਨੂੰ ਕਿ ਉਹ ਵੀ ਕਰਨ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਫੋਲੋ ਕਰਿਆ ਕਰੋ